ਹੈਲੋ ਜੀ, ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਗੋ ਮਲਟੀ ਚੈਨਲ ਦੇ ਵਿੱਚ ਮੇਰੀਆਂ ਭੈਣਾਂ ਅਤੇ ਮੇਰੇ ਵੀਰਾਂ ਦਾ ਸਵਾਗਤ ਆ। ਅੱਜ ਆਪਾਂ ਬਣਾਉਣ ਲੱਗੇ ਹਾਂ ਦਲੀਆ, ਸਵੀਟ ਡਿਸ਼ ਆ, ਬਜ਼ੁਰਗਾਂ ਦੀ ਫੇਵਰੇਟ ਡਿਸ਼ ਆ। ਬਜ਼ੁਰਗ ਦਲੀਆ ਨੂੰ ਬਹੁਤ ਹੀ ਸ਼ੌਂਕ ਦੇ ਨਾਲ ਖਾਂਦੇ ਆ, ਬਹੁਤ ਹੀ ਉਹਨਾਂ ਦੀ ਮਨਪਸੰਦ ਦੀ ਖੁਰਾਕ ਆ। ਚਲੋ ਜੀ, ਇਹ ਆਪਾਂ ਅੱਜ ਦਲੀਆ ਬਣਾਵਾਂਗੇ। ਇਹ 1 ਕੌਲੀ ਜਿਹੜੀ ਮੈਂ ਦਲੀਏ ਦੀ ਲਈ ਆ, 2 ਚਮਚ ਦੇਸੀ ਘਿਓ ਅਤੇ 1 ਕੌਲੀ ਖੰਡ ਦੀ, ਥੋੜ੍ਹੇ ਜਿਹੇ ਡਰਾਈ ਫਰੂਟ, ਬਦਾਮ ਅਤੇ ਕਾਜੂ, ਇਹਨਾਂ ਨੂੰ ਜਿਹੜਾ ਮੈਂ ਕੱਟ ਲਿਆ ਸੀਗਾ ਛੋਟਾ ਛੋਟਾ, ਅਤੇ ਥੋੜ੍ਹਾ ਜਿਹਾ ਜਿਹੜਾ ਮੈਂ ਨਾਰੀਅਲ ਵੀ ਕੱਦੂਕਸ ਕੀਤਾ ਦਲੀਏ ਦਾ ਸਵਾਦ ਵਧਾਉਣ ਵਾਸਤੇ। ਥੋੜ੍ਹੀ ਜਿਹੀ ਆਪਾਂ ਸੌਂਗ ਹੀ ਪਾਵਾਂਗੇ ਅਤੇ ਥੋੜ੍ਹਾ ਜਿਹਾ ਆਪਾਂ ਇਲਾਇਚੀ ਦੇ ਦਾਣੇ ਵੀ ਪਾਵਾਂਗੇ। ਇਹ ਮੈਂ 1 ਕੌਲੀ ਤੁਹਾਨੂੰ ਦਿਖਾ ਰਹੀ ਹਾਂ ਜਿਹੜੀ ਮੈਂ ਦਲੀਏ ਦੀ ਲਈ ਆ। ਇਹ ਮੈਂ ਪਹਿਲਾਂ ਹੀ 1 ਕੌਲੀ ਜਿਹੜੀ ਦਲੀਏ ਦੀ ਧੋ ਕੇ ਪਾਣੀ ਦੇ ਵਿੱਚ ਭਿਉਂ ਕੇ ਘੰਟਾ ਕੁ ਰੱਖ ਦਿੱਤਾ ਸੀ। ਇੱਧਰ ਮੈਂ ਦੁੱਧ ਗਰਮ ਹੋਣ ਲਈ ਰੱਖ ਦਿੱਤਾ। ਦੁੱਧ ਜਿਹੜਾ ਪਹਿਲਾਂ ਮੈਂ 1 ਕਿਲੋ ਦੁੱਧ ਪਾਇਆ, ਜੇ ਆਪਾਂ ਨੂੰ ਲੋੜ ਹੋਰ ਲੱਗੀ ਤਾਂ ਆਪਾਂ ਵਿੱਚ ਦੁੱਧ ਪਾਵਾਂਗੇ। ਹੁਣ ਆਪਾਂ ਜਿਹੜਾ ਇਹ ਪਾਣੀ ਦੇ ਵਿੱਚ ਭਿਉਂਤਾ ਹੋਇਆ ਦਲੀਆ ਅਤੇ ਇਸ ਦਾ ਪਾਣੀ ਜਿਹੜਾ ਆਪਾਂ ਕੱਢ ਦੇਵਾਂਗੇ। ਸਾਰਾ ਪਾਣੀ ਆਪਾਂ ਦਲੀਏ 'ਚੋਂ ਕੱਢ ਦੇਣਾ। ਇਸ ਨੂੰ ਘੰਟਾ ਕੁ ਤਾਂ ਭਿਉਂ ਲਿਆ ਸੀਗਾ ਵੀ ਇਹ ਜਿਹੜਾ ਫੁੱਲ ਜੂਗਾ ਪਹਿਲਾਂ ਹੀ ਕੁਛ, ਅਤੇ ਫਿਰ ਆਪਣਾ ਜਿਹੜਾ ਦਲੀਆ ਛੇਤੀ ਉਹ ਬਣ ਕੇ ਤਿਆਰ ਹੋ ਜੂਗਾ। ਤਾਂ ਹੀ ਜਾਣੀ ਆਪਾਂ ਇਹਨੂੰ ਪਹਿਲਾਂ ਘੰਟਾ ਕੁ ਭਿਉਂ ਕੇ ਰੱਖ ਦੇਣਾ ਚਾਹੀਦਾ, ਜਿਵੇਂ ਆਪਾਂ ਚੌਲਾਂ ਨੂੰ ਵੀ ਘੰਟਾ ਕੁ ਪਹਿਲਾਂ ਭਿਉਂ ਦਿੰਦੇ ਹੁੰਦੇ ਹਾਂ ਵੀ ਉਹ ਜਿਹੜੇ ਪਹਿਲਾਂ ਹੀ ਸੌਫਟ ਹੋ ਜਾਣ, ਨਰਮ ਹੋ ਜਾਣ, ਅਤੇ ਫਿਰ ਜਿਹੜਾ ਆਪਾਂ ਛੇਤੀ ਛੇਤੀ ਬਣ ਜਾਵੇ। ਲਓ ਜੀ, ਆਪਾਂ ਦੁੱਧ ਦੇ ਵਿੱਚ ਜਿਹੜਾ ਦਲੀਆ ਪਾ ਦਿੱਤਾ, ਹੁਣ ਆਪਾਂ ਇਹਨੂੰ ਜਿਹੜਾ ਲਗਾਤਾਰ ਹਿਲਾਉਣਾ ਹੈ। ਲਗਾਤਾਰ ਆਪਾਂ ਜਾਣੀ ਇਹਨੂੰ ਮੀਡੀਅਮ ਸੇਕ 'ਤੇ ਹੀ ਰੱਖਾਂਗੇ, ਜ਼ਿਆਦਾ ਜਾਣੀ ਕਿ ਹਾਈ ਸੇਕ ਨਹੀਂ ਕਰਨਾ ਗਾ। ਇਹਨੂੰ ਲਗਾਤਾਰ ਹਿਲਾਵਾਂਗੇ, ਜਿਹੜਾ ਦਲੀਆ ਆਪਣਾ ਉਹ ਥੱਲੇ ਨਾ ਲੱਗੇ ਭਾਂਡੇ ਦੇ ਨਾਲ, ਸੜੇ ਨਾ ਵਿੱਚ। ਇਹਨੂੰ ਆਪਾਂ ਉੱਨੀ ਦੇਰ ਹਿਲਾਉਣਾ ਰਿੰਨਣਾ ਹੈ, ਜਾਣੀ ਕਿ 15-20 ਮਿੰਟ ਲੱਗ ਜਾਣਗੇ ਦਲੀਆ ਬਣਾਉਣ 'ਤੇ, ਜਿੰਨੀ ਦੇਰ ਇਹ ਫੁੱਲ ਨਹੀਂ ਜਾਂਦਾ। ਫੁੱਲ ਕੇ ਕਾਫ਼ੀ ਜਾਣੀ ਕਿ ਦਲੀਆ ਜਿਹੜਾ ਹੈ ਆਪਣਾ ਜ਼ਿਆਦਾ ਹੋ ਜੂਗਾ। ਇਹ ਮੈਂ ਥੋੜ੍ਹੀ ਜਿਹੀ ਵਿੱਚ ਸੌਂਫ ਦੇ ਦਾਣੇ, 1 ਚਮਚਾ ਜਿਹੜਾ ਸੌਂਫ ਦੇ ਦਾਣੇ ਲਏ ਆ, ਜਿਹੜੇ ਕਿ ਆਪਣੇ ਪੇਟ ਦੇ ਲਈ ਬਹੁਤ ਹੀ ਵਧੀਆ ਸੌਂਫ ਆ। ਕਦੇ ਕਦੇ ਐਂ ਹੋ ਜਾਂਦਾ ਜਦੋਂ ਆਪਾਂ ਦਲੀਆ ਖਾਈਏ ਅਤੇ ਦਲੀਆ ਜਾਣੀ ਕਿ ਥੋੜ੍ਹਾ ਹੈਵੀ ਹੁੰਦਾ, ਭਾਰਾ ਹੁੰਦਾ ਹੈ ਦੁੱਧ 'ਚ ਬਣਾਇਆ ਹੋਇਆ, ਅਤੇ ਹਾਜ਼ਮ ਨਹੀਂ ਹੁੰਦਾ, ਅਤੇ ਉਹਦੇ ਲਈ ਜਿਹੜੀ ਸੌਂਫ ਆ ਵਧੀਆ, ਪੇਟ ਨੂੰ ਜਿਹੜਾ ਕਿ ਖਰਾਬੀ ਨਹੀਂ ਕਰਦਾ ਅਤੇ ਹਾਜ਼ਮ ਕਰੂਗਾ। ਥੋੜ੍ਹੀ ਜਿਹੀ ਆਪਾਂ ਸਵਾਦ ਦੇ ਲਈ ਇਲਾਇਚੀ ਦੇ ਦਾਣੇ ਪਾਵਾਂਗੇ, ਇਲਾਇਚੀ ਫਲੇਵਰ ਦੇ ਵਾਸਤੇ ਵਧੀਆ ਟੇਸਟ ਆਊਗਾ ਇਲਾਇਚੀ ਦੇ ਦਾਣੇ ਪਾਉਣ ਦੇ ਨਾਲ। ਹੁਣ ਆਪਾਂ ਇਹਨੂੰ ਲਗਾਤਾਰ ਹਿਲਾਵਾਂਗੇ। ਦਲੀਆ ਬਣਨ 'ਤੇ ਆਪਣੇ 15-20 ਮਿੰਟ ਜਿਹੜੇ ਲੱਗ ਜਾਣੇ ਆ, ਅਤੇ ਸੇਕ ਆ ਜਿਹੜਾ ਆਪਾਂ ਮੀਡੀਅਮ ਰੱਖਣਾ। ਆਹ ਦੇਖੋ ਦਲੀਆ ਜਿਹੜਾ ਆਪਣਾ ਅੱਗੇ ਨਾਲੋਂ ਕਾਫ਼ੀ ਫੁੱਲ ਗਿਆ, ਅਤੇ ਤਕਰੀਬਨ ਜਿਹੜਾ ਇਹ ਆਪਣਾ ਦਲੀਆ ਅੱਧਾ ਕੁ ਤਾਂ ਪੱਕ ਹੀ ਚੁੱਕਿਆ। ਆਹ ਦੇਖੋ ਇਸ ਨੂੰ ਹਜੇ ਆਪਾਂ ਹੋਰ ਪਕਾਵਾਂਗੇ, ਇਸੇ ਤਰ੍ਹਾਂ ਜਿਹੜਾ ਲਗਾਤਾਰ ਹਿਲਾਉਂਦੇ ਰਵਾਂਗੇ। ਬਹੁਤ ਹੀ ਟੇਸਟੀ, ਬਹੁਤ ਹੀ ਸਵਾਦ ਦਲੀਆ ਜਿਹੜਾ ਬਣਦਾ ਹੈ। ਬੱਚਿਆਂ ਨੂੰ ਤਾਂ ਦਲੀਆ ਪਸੰਦ ਨਹੀਂ ਆਉਂਦਾ, ਅਤੇ ਬਜ਼ੁਰਗਾਂ ਦੀ ਜਿਹੜੀ ਇਹ ਫੇਵਰੇਟ ਡਿਸ਼ ਆ। ਸਵਾਦ ਅਨੁਸਾਰ ਆਪਾਂ ਜਾਣੀ ਖੰਡ ਪਾਉਣੀ ਆ, ਜਿਵੇਂ ਕਿ ਮਿੱਠਾ ਵੱਧ ਕਿਸੇ ਨੂੰ ਪਸੰਦ ਆ, ਕਿਸੇ ਨੂੰ ਘੱਟ ਪਸੰਦ ਆ, ਉਸ ਹਿਸਾਬ ਨਾਲ ਜਾਣੀ ਕਿ ਆਪਾਂ ਮਿੱਠਾ ਪਾ ਸਕਦੇ। ਇਹਦੇ ਵਿੱਚ ਆਪਾਂ ਸ਼ੱਕਰ ਵੀ ਪਾ ਸਕਦੇ ਹਾਂ, ਅਤੇ ਸ਼ੱਕਰ ਜਿਹੜੀ ਜਾਂ ਗੁੜ ਪਾਉਣਾ ਜਾਂ ਸ਼ੱਕਰ ਪਾਉਣੀ ਆ, ਉਹ ਜੇ ਆਪਾਂ ਜਾਣੀ ਕਿ ਲਾਉਣ ਲੱਗੇ ਪਾਉਣੀ ਆ।
ਹੁਣ ਆਪਾਂ ਜਿਹੜਾ ਡਰਾਈ ਫਰੂਟ ਪਾਵਾਂਗੇ ਥੋੜ੍ਹੇ ਜਿਹੇ। ਕਿਉਂ ਰਿੱਝਦੇ ਹੋਏ ਦਲੀਏ ਦੇ ਵਿੱਚ ਆਪਾਂ ਗੁੜ ਨਹੀਂ ਪਾ ਸਕਦੇ ਜਾਂ ਸ਼ੱਕਰ ਨਹੀਂ ਪਾ ਸਕਦੇ। ਦਲੀਏ ਨੂੰ ਜਦੋਂ ਥੱਲੇ ਲਾਉਣਾ ਉਦੋਂ ਆਪਾਂ ਸ਼ੱਕਰ ਜਾਂ ਗੁੜ ਪਾ ਸਕਦੇ ਹਾਂ, ਜੇ ਤੁਹਾਨੂੰ ਗੁੜ ਜਾਂ ਸ਼ੱਕਰ ਪਸੰਦ ਆ ਤਾਂ। ਖੰਡ ਪਸੰਦ ਆ ਤਾਂ ਫਿਰ ਆਪਾਂ ਜਾਣੀ ਰਿੱਝਦੇ ਹੋਏ ਦਲੀਏ ਦੇ ਵਿੱਚ ਆਪਾਂ ਖੰਡ ਪਾ ਸਕਦੇ ਹਾਂ, ਅਤੇ ਗੁੜ ਜਾਂ ਸ਼ੱਕਰ ਪਾਵਾਂਗੇ ਤਾਂ ਆਪਣਾ ਜਿਹੜਾ ਦੁੱਧ ਆ ਉਹ ਫਟ ਸਕਦਾ। ਹੁਣ ਆਪਾਂ ਜਿਹੜਾ ਇਹਨੂੰ 5-7 ਮਿੰਟ ਇਸੇ ਤਰ੍ਹਾਂ ਹੋਰ ਪਕਾਵਾਂਗੇ। ਬੱਚਿਆਂ ਨੂੰ ਤਾਂ ਮਿੱਠਾ ਬਹੁਤ ਘੱਟ ਪਸੰਦ ਆ, ਅਤੇ ਉਹ ਤਾਂ ਜ਼ਿਆਦਾ ਨਮਕੀਨ ਅਤੇ ਥੋੜ੍ਹਾ ਤਲੀਆਂ ਚੀਜ਼ਾਂ ਨੂੰ ਜ਼ਿਆਦਾ ਪਸੰਦ ਕਰਦੇ ਆ, ਅਤੇ ਬਜ਼ੁਰਗ ਆ ਜਿਹੜੇ ਮਿੱਠੇ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਆ। ਅਤੇ ਆਪਾਂ ਅੱਜ ਮੰਮੀ ਡੈਡੀ ਦੇ ਲਈ ਜਿਹੜਾ ਇਹ ਦਲੀਆ ਉਹਨਾਂ ਨੂੰ ਬਣਾ ਕੇ ਦੇਣ ਲੱਗੇ ਹਾਂ। ਬਹੁਤ ਹੀ ਉਹਨਾਂ ਸ਼ੌਂਕ ਦੇ ਨਾਲ ਦਲੀਆ ਖਾਂਦੇ ਆ। ਹੁਣ ਆਪਾਂ ਇਹਦਾ ਸਵਾਦ ਹੋਰ ਵਧਾਉਣ ਵਾਸਤੇ ਇਹਦੇ ਵਿੱਚ 2 ਚਮਚੇ ਜਿਹੜੇ ਦੇਸੀ ਘਿਓ ਦੇ ਪਾਵਾਂਗੇ। ਪਹਿਲਾਂ ਦਲੀਏ ਨੂੰ ਜਿਹੜਾ ਆਪਾਂ ਸੁੱਕੇ ਨੂੰ ਘਿਓ ਦੇ ਵਿੱਚ ਧੋ ਕੇ ਅਤੇ ਘਿਓ ਦੇ ਵਿੱਚ ਵੀ ਭੁੰਨ ਸਕਦੇ ਹਾਂ, ਪਰ ਮੈਂ ਜਾਣੀ ਕਿ ਇਹਨੂੰ ਪਹਿਲਾਂ ਘਿਓ ਦੇ ਵਿੱਚ ਨਹੀਂ ਭੁੰਨਿਆ ਗਾ। ਜਾਣੀ ਕਿ ਮੈਂ ਇਹਨੂੰ ਪਹਿਲਾਂ ਪਾਣੀ ਦੇ ਵਿੱਚ ਭਿਉਂਤਾ ਸੀਗਾ, ਅਤੇ ਘਿਓ ਆ ਜਿਹੜਾ ਆਪਾਂ ਉੱਪਰ ਦੀ ਬਣੇ ਹੋਏ ਦਲੀਏ ਦੇ ਵਿੱਚ ਪਾਤਾ ਸਵਾਦ ਵਧਾਉਣ ਵਾਸਤੇ। ਅਤੇ ਜੇ ਤੁਸੀਂ ਪਹਿਲਾਂ ਇਹਨੂੰ ਘਿਓ ਦੇ ਵਿੱਚ ਭੁੰਨਣਾ ਚਾਹੁੰਦੇ ਹਾਂ ਤਾਂ ਪਹਿਲਾਂ ਜਾਣੀ ਕਿ ਬਣਾਉਣ ਤੋਂ ਪਹਿਲਾਂ ਇਹਨੂੰ ਪਹਿਲਾਂ ਘਿਓ ਦੇ ਵਿੱਚ ਭੁੰਨ ਲਵੋ, ਉਸ ਤੋਂ ਬਾਅਦ ਜਾਣੀ ਕਿ ਪਾਣੀ ਦੇ ਵਿੱਚ ਇਹਦਾ ਉਬਾਲੇ ਦਵਾ ਲਓ ਜਾਂ ਫਿਰ ਦੁੱਧ ਦੇ ਵਿੱਚ ਜਿਹੜਾ ਇਹਨੂੰ ਰਿੰਨ ਲਓ। ਹੁਣ ਦਲੀਆ ਜਿਹੜਾ ਆਪਣਾ ਬਣ ਕੇ ਰੈਡੀ ਹੋ ਗਿਆ, ਅਤੇ ਇਸ ਨੂੰ ਜਿਹੜਾ 10-15 ਮਿੰਟ ਵਾਸਤੇ ਇਸੇ ਤਰ੍ਹਾਂ ਰੱਖ ਦੇਵਾਂਗੇ, ਅਤੇ ਉਸ ਤੋਂ ਬਾਅਦ ਜਿਹੜਾ ਆਪਾਂ ਕੌਲੀਆਂ ਦੇ ਵਿੱਚ ਸਰਵ ਕਰਾਂਗੇ। ਲਓ ਜੀ, 10-15 ਮਿੰਟ ਆਪਣੇ ਹੋ ਚੁੱਕੇ ਆ ਦਲੀਆ ਬਣੇ ਹੋਏ ਨੂੰ, ਅਤੇ ਹੁਣ ਆਪਾਂ ਕੌਲੀਆਂ ਦੇ ਵਿੱਚ ਪਾਵਾਂਗੇ। ਆ ਦੇਖੋ ਬਹੁਤ ਹੀ ਵਧੀਆ ਸਵਾਦਿਸ਼ਟ ਜਿਹੜਾ ਦਲੀਆ ਬਣ ਕੇ ਆਪਣਾ ਤਿਆਰ ਆ। ਆ ਮੈਂ ਪਾਉਣਾ ਹੀ ਭੁੱਲ ਗਈ ਸੌਗੀ। ਹਾਲੇ ਤਾਂ ਗਰਮ ਆ, ਅਤੇ ਚਲੋ ਕੋਈ ਨਹੀਂ। ਹੁਣ ਆਪਾਂ ਇਹਨਾਂ ਨੂੰ ਕੌਲੀਆਂ ਦੇ ਵਿੱਚ ਜਿਹੜਾ ਫੈਮਿਲੀ ਮੈਂਬਰ ਵਾਸਤੇ ਸਰਵ ਕਰ ਦਿੰਦੇ ਹਾਂ ਉਹਨਾਂ ਦੇ ਖਾਣ ਲਈ। ਹਾਂਜੀ, ਅੱਜ ਦੀ ਮੇਰੀ ਵੀਡੀਓ ਤੁਹਾਨੂੰ ਕਿਵੇਂ ਲੱਗੀ? ਵਧੀਆ ਲੱਗੀ ਤਾਂ ਤੁਸੀਂ ਮੈਨੂੰ ਲਾਈਕ ਅਤੇ ਕਮੈਂਟ ਕਰਕੇ ਜ਼ਰੂਰ ਦੱਸ ਦਿਓ। ਜੇ ਮੇਰੀਆਂ ਵੀਡੀਓ ਤੁਹਾਨੂੰ ਵਧੀਆ ਲੱਗਦੀਆਂ ਹੁੰਦੀਆਂ, ਪਲੀਜ਼ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ। ਜੇ ਮੇਰੇ ਚੈਨਲ 'ਤੇ ਤੁਸੀਂ ਪਹਿਲੀ ਵਾਰ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਅਤੇ ਚਲੋ ਠੀਕ ਆ ਜੀ, ਅੱਜ ਦੀ ਇਹ ਆਪਣੀ ਵੀਡੀਓ ਇੰਨੀ ਸੀ। ਅਗਲੀ ਵੀਡੀਓ ਦੇ ਵਿੱਚ ਆਪਾਂ ਫੇਰ ਮਿਲਾਂਗੇ। ਤਬ ਤੱਕ ਲਈ ਸਤਿ ਸ਼੍ਰੀ ਅਕਾਲ, ਓਕੇ ਬਾਏ। ਮੇਰੀਆਂ ਭੈਣਾਂ ਅਤੇ ਮੇਰੇ ਵੀਰ ਚੜ੍ਹਦੀ ਕਲਾ ਦੇ ਵਿੱਚ ਰਹਿਣ।